ਸ਼ਿਆਰ ਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਚੇਤਨ ਕਸ਼ਪ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਣਾ ਚਾਹੁੰਦੇ ਹਾਂ ਕਿ ਅੱਜ ਪੰਜਾਬ ਸਰਕਾਰ ਦੀ ਇੱਕ ਅਹਿਮ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਹੈ ਜਿਸ ਵਿੱਚ ਫੈਸਲਾ ਲਿਆ ਜਾਣਾ ਸੀ ਕਿ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੁਕੰਮਲ ਲਾਕਡਾਊਨ ਦਾ ਜਿਹੜਾ ਜਿਹੜੀ ਮੰਗ ਕੀਤੀ ਗਈ ਸੀ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਹੁਰਾ ਵੱਲੋਂ ਤੇ ਜਿੱਤੇ ਅੱਜ ਕੋਵਿਡ ਰਿਵਿਊ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਉਕਤ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਹੈ ਜਿਸ ਵਿੱਚ ਇਹ ਮੁੱਖ ਮੰਤਰੀ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਕਿ ਸੂਬੇ ਦੇ ਵਿੱਚ ਮੁਕੰਮਲ ਲਾਕਡਾਊਨ ਹੈ ਜਿਹੜਾ ਫਿਲਹਾਲ ਨਹੀਂ ਲਗਾਇਆ ਜਾਏਗਾ ਦੱਸਣਾ ਚਾਹੁੰਦੇ ਆ ਕਿ ਸੂਬੇ ਦੇ ਇਹ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਹੁਣਾ ਵੱਲੋਂ ਇਹ ਪ੍ਰਪੋਜ਼ਲ ਰੱਖੀ ਗਈ ਸੀ ਮੰਗ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿ ਸੂਬੇ ਦੇ ਮੌਜੂਦਾ ਹਾਲਾਤ ਤੇ ਕਰੋਨਾ ਦੇ ਵਿੱਚ ਜਿਹੜੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਹੋਇਆ ਸੂਬੇ ਦੇ ਵਿੱਚ ਜਿਹੜਾ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਲਾਕਡਾਊਨ ਲੱਗਣਾ ਚਾਹੀਦਾ ਹੈ ਜਿਸ ਨੂੰ ਦੇਖਦਿਆਂ ਹੋਇਆ ਹੀ ਅੱਜ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਹੈ ਔਰ ਮੁੱਖ ਮੰਤਰੀ ਵੱਲੋਂ ਮੁਕੰਮਲ ਲਾਕਡਾਊਨ ਲਗਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਜੋ ਪਹਿਲੀਆਂ ਜੋ ਪਿਛਲੀਆਂ ਕਰੋਨਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਠੀਕ ਉਸੇ ਤਰ੍ਹਾਂ ਇਹ ਹੋ ਜਾਰੀ ਰਹਿਣਗੀਆਂ 15 ਮਈ ਤੱਕ ਜੋ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹੀ ਲਾਗੂ ਰਹਿਣਗੇ ਤੇ ਪੰਜਾਬ ਵਿੱਚ ਫਿਲਹਾਲ ਜਿਹੜਾ ਮੁਕੰਮਲ ਲਾਕਡਾਊਨ ਹੈ ਉਹ ਹੱਲ ਨਹੀਂ ਹੈ ਇਹ ਸਭ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੋ ਗੱਲ ਕਰਦੇ ਆ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅੱਜ ਬਹੁਤ ਸਾਰੇ ਸੱਜਣਾ ਦੇ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਸਨ ਕਿ ਸਰ ਜ਼ਿਲ੍ਹੇ ਦੇ ਵਿੱਚ ਕਿਹੜੀਆਂ ਦੁਕਾਨਾਂ ਖੁੱਲਣਗੀਆਂ ਤੇ ਕਿਹੜੀਆਂ ਦੁਕਾਨਾਂ ਨਹੀਂ ਖੁੱਲਣਗੀਆਂ ਸੋ ਉਹ ਵੀ ਇੱਕ ਵਾਰ ਦੁਬਾਰਾ ਰਿਪੀਟ ਕਰ ਦੇਣਾ ਚਾਹੁੰਦਾ ਮੈਂ ਕਿ ਡਿਪਟੀ ਕਮਿਸ਼ਨਰ ਆਪਣੀਤ ਅਰਿਆਤ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਮੁਤਾਬਕ ਜ਼ਿਲ੍ਹੇ ਭਰ ਦੇ ਵਿੱਚ ਜਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਮੁਕੰਮਲ ਤੌਰ ਤੇ ਆਉਣ ਵਾਲੀ 15 ਮਈ ਤੱਕ ਬੰਦ ਰਹਿਣਗੀਆਂ ਤੇ ਜਿਹੜੀਆਂ ਜ਼ਰੂਰੀ ਦੁਕਾਨਾਂ ਖੁੱਲਣੀਆਂ ਨੇ ਉਹਨਾਂ ਦਾ ਬੇਰਵਾ ਵੀ ਮੈਂ ਜ਼ਰੂਰ ਦੇ ਦਿੰਨਾ ਹੈ ਜਿਹੜੀਆਂ ਦੁਕਾਨਾਂ ਖੁੱਲਣੀਆਂ ਨੇ ਵਿਸਥਾਰਪੂਰਵਕ ਉਹਨਾਂ ਬਾਰੇ ਜਾਣਕਾਰੀ ਦੇ ਦਿੰਨਾ ਹੈ ਡਿਪਟੀ ਕਮਿਸ਼ਨਰ ਆਪਣੀ ਨੀਤੀ ਅਰਿਆਤ ਹੁਰਾ ਮੁਤਾਬਕ ਦਵਾਈਆਂ ਦੁੱਧ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਜਿਹੜੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਿਰੰਤਰ ਖੁੱਲਣਗੀਆਂ ਸਮਾਂ ਉਹੀ ਰਹੇਗਾ ਜੋ ਪਹਿਲੇ ਵਾਲਾ ਸਮਾਂ ਹੈ ਇਸ ਤੋਂ ਇਲਾਵਾ ਡੈਰੀ ਪੋਲਟਰੀ ਪ੍ਰੋਡਕਟ ਮੀਟ ਅਤੇ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਖੁੱਲੀਆਂ ਰਹਿਣਗੀਆਂ ਇਸ ਤੋਂ ਇਲਾਵਾ ਜੋ ਵੀ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਮੁਕੰਮਲ ਤੌਰ ਤੇ ਆਉਣ ਵਾਲੀ 15 ਮਈ ਤੱਕ ਬੰਦ ਰਹਿਣਗੀਆਂ ਸਬੰਧਤ ਐਸ ਡੀ ਐਮਸ ਅਤੇ ਡੀ ਐਸ ਪੀਜ਼ ਨੂੰ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦੀ ਜਿਹੜੀ ਆ ਚੰਗੀ ਤਰ੍ਹਾਂ ਨਾਲ ਪਾਲਣਾ ਕਰਵਾਈ ਜਾਵੇ ਇਸ ਤੋਂ ਇਲਾਵਾ ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਬਾਹਰੀ ਜ਼ਿਲ੍ਹੇ ਤੋਂ ਜਾਂ ਬਾਹਰੀ ਸੂਬੇ ਤੋਂ આયે વ્યક્તિ ਵੱਲੋਂ એન્ટ્રી ਕਰਨੀ ਹੈ ਤਾਂ ਉਸ ਕੋਲ ਆਪਣੀ 72 ਘੰਟਿਆਂ ਪੁਰਾਣੀ ਕੋਵਿਡ 네ਗੇਟਿਵ રિપોર્ટ ਕੋਲ હોਣੀ لازમી ਹੈ ਜਾਂ ਫਿਰ ਕੋਵਿਡ ਦੀ ਜਿਹੜੀ ਪਹਿਲੀ ਡੋਜ਼ ਹੈ ਵੈਕਸੀਨ ਦੀ ਉਹ ਲੱਗੀ ਹੋਣੀ ਜ਼ਰੂਰੀ ਹੈ ਉਸ ਤੋਂ ਬਿਨਾ ਜ਼ਿਲ੍ਹੇ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਨਹੀਂ ਮਿਲੇਗੀ ਸੋ ਜੇਕਰ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਰੋਨਾ ਦੀ ਸਥਿਤੀ ਦੀ ਗੱਲ ਕਰੀਏ ਤਾਂ ਅੱਜ ਅਦਾਰਾ ਹੁਸ਼ਿਆਰਪੁਰ ਨਿਊਜ਼ ਦੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਰਣਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਵਿੱਚ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਹੈ ਸਿਹਤ ਵਿਭਾਗ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਨੇ ਕੋਵਿਡ ਦੇ ਮੱਦੇਨਜ਼ਰ ਤੇ ਜਲਦ ਹੀ ਸਿਹਤ ਵਿਭਾਗ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਮਹਾਮਾਰੀ ਤੇ ਜਿੱਤ ਹਾਸਲ ਕਰ ਲਵੇਗਾ ਜੇਕਰ ਅੱਜ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ 199 ਨਵੇਂ ਪੋਜ਼ਿਟਿਵ ਮਾਮਲੇ ਆਏ ਨੇ ਤੇ ਨੋ ਹੋਰ ਵਿਅਕਤੀਆਂ ਦੀ ਮੌਤ ਹੈ ਜਿਹੜੀ ਪਿਛਲੇ 24 ਘੰਟਿਆਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋ ਚੁੱਕੀ ਹੈ ਫਿਲਹਾਲ ਦੇ ਲਈ ਮੈਨੂੰ ਜਾਣੀ ਕਿ ਚੇਤਨ ਕਸ਼ਪ ਕੈਮਰਾ ਪਰਸਨ ਨਵਨੀਤ ਸਿੰਘ ਚੀਮਾ ਨੂੰ ਦਿਓ ਇਜਾਜ਼ਤ ਤਾਜ਼ਾਤਰੀਨ ਖਬਰਾਂ ਦੇ ਲਈ ਬਣੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ ਹੋਸ਼ਿਆਰ ਪਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਚੇਤਨ ਕਸ਼ਪ ਇਸ ਵਕਤ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਦੱਸਣਾ ਚਾਹੁੰਦੇ ਹਾਂ ਕਿ ਅੱਜ ਪੰਜਾਬ ਸਰਕਾਰ ਦੀ ਇੱਕ ਅਹਿਮ ਮੀਟਿੰਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ ਹੈ ਜਿਸ ਵਿੱਚ ਫੈਸਲਾ ਲਿਆ ਜਾਣਾ ਸੀ ਕਿ ਪੰਜਾਬ ਵਿੱਚ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਹੋਇਆਂ ਮੁਕੰਮਲ ਲਾਕਡਾਊਨ ਦਾ ਜਿਹੜਾ ਜਿਹੜੀ ਮੰਗ ਕੀਤੀ ਗਈ ਸੀ ਪੰਜਾਬ ਦੇ ਸਿਹਤ ਮੰਤਰੀ ਸਰਦਾਰ ਬਲਵੀਰ ਸਿੰਘ ਸਿੱਧੂ ਹੁਰਾ ਵੱਲੋਂ ਤੇ ਜਿਸ ਤੇ ਅੱਜ ਕੋਵਿਡ ਰਿਵਿਊ ਮੀਟਿੰਗ ਹੋਈ ਹੈ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਚ ਉਕਤ ਮੀਟਿੰਗ ਚੰਡੀਗੜ੍ਹ ਵਿਖੇ ਹੋਈ ਹੈ ਜਿਸ ਵਿੱਚ ਇਹ ਮੁੱਖ ਮੰਤਰੀ ਵੱਲੋਂ ਸਾਫ਼ ਤੌਰ ਤੇ ਮਨਾ ਕਰ ਦਿੱਤਾ ਗਿਆ ਕਿ ਸੂਬੇ ਦੇ ਵਿੱਚ ਮੁਕੰਮਲ ਲਾਕਡਾਊਨ ਹੈ ਜਿਹੜਾ ਫਿਲਹਾਲ ਨਹੀਂ ਲਗਾਇਆ ਜਾਏਗਾ ਦੱਸਣਾ ਚਾਹੁੰਦੇ ਆ ਕਿ ਸੂਬੇ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਹੁਣਾ ਵੱਲੋਂ ਇਹ ਪ੍ਰਪੋਜ਼ਲ ਰੱਖੀ ਗਈ ਸੀ ਮੰਗ ਕੀਤੀ ਗਈ ਸੀ ਕੈਪਟਨ ਅਮਰਿੰਦਰ ਸਿੰਘ ਕੋਲੋਂ ਕਿ ਸੂਬੇ ਦੇ ਮੌਜੂਦਾ ਹਾਲਾਤ ਕਰੋਨਾ ਦੇ ਵਿੱਚ ਜਿਹੜੀ ਵਿਗੜਦੀ ਸਥਿਤੀ ਨੂੰ ਦੇਖਦਿਆਂ ਹੋਇਆ ਸੂਬੇ ਦੇ ਵਿੱਚ ਜਿਹੜਾ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਲਾਕਡਾਊਨ ਲੱਗਣਾ ਚਾਹੀਦਾ ਹੈ ਜਿਸ ਨੂੰ ਦੇਖਦਿਆਂ ਹੋਇਆ ਹੀ ਅੱਜ ਪੰਜਾਬ ਸਰਕਾਰ ਦੀ ਮੀਟਿੰਗ ਹੋਈ ਹੈ ਔਰ ਮੁੱਖ ਮੰਤਰੀ ਵੱਲੋਂ ਮੁਕੰਮਲ ਲਾਕਡਾਊਨ ਲਗਾਉਣ ਤੋਂ ਮਨਾ ਕਰ ਦਿੱਤਾ ਗਿਆ ਹੈ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਜੋ ਪੇਲੀਆਂ ਜੋ ਪਿਛਲੀਆਂ ਕਰੋਨਾ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਠੀਕ ਉਸੇ ਤਰ੍ਹਾਂ ਇਹ ਹੋ ਜਾਰੀ ਰਹਿਣਗੀਆਂ 15 ਮਈ ਤੱਕ ਜੋ ਹੁਕਮ ਜਾਰੀ ਕੀਤੇ ਗਏ ਨੇ ਪੰਜਾਬ ਸਰਕਾਰ ਵੱਲੋਂ ਉਹੀ ਲਾਗੂ ਰਹਿਣਗੇ ਤੇ ਪੰਜਾਬ ਵਿੱਚ ਫਿਲਹਾਲ ਜਿਹੜਾ ਮੁਕੰਮਲ ਲਾਕਡਾਊਨ ਹੈ ਉਹ ਹੱਲ ਨਹੀਂ ਹੈ ਇਹ ਸਭ ਕਹਿਣਾ ਹੈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਸੋ ਗੱਲ ਕਰਦੇ ਆ ਹੁਣ ਹੁਸ਼ਿਆਰਪੁਰ ਜ਼ਿਲ੍ਹੇ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅੱਜ ਬਹੁਤ ਸਾਰੇ ਸੱਜਣਾ ਦੇ ਬਹੁਤ ਸਾਰੇ ਲੋਕਾਂ ਦੇ ਫੋਨ ਆ ਰਹੇ ਸਨ ਕਿ ਸਰ ਜ਼ਿਲ੍ਹੇ ਦੇ ਵਿੱਚ ਕਿਹੜੀਆਂ ਦੁਕਾਨਾਂ ਖੁੱਲਣ ਗਿਆ ਤੇ ਕਿਹੜੀਆਂ ਦੁਕਾਨਾਂ ਨਹੀਂ ਖੁੱਲਣ ਗਿਆ ਸੋ ਉਹ ਵੀ ਇੱਕ ਵਾਰ ਦੁਬਾਰਾ ਰਿਪੀਟ ਕਰ ਦੇਣਾ ਚਾਹੁੰਦਾ ਮੈਂ ਕਿ ਡਿਪਟੀ ਕਮਿਸ਼ਨਰ ਆਪਣੀ ਤੇ ਅਰਿਆਤ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਉਹਨਾਂ ਮੁਤਾਬਕ ਜ਼ਿਲ੍ਹੇ ਭਰ ਦੇ ਵਿੱਚ ਜਿਹੜੀਆਂ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਮੁਕੰਮਲ ਤੌਰ ਤੇ ਆਉਣ ਵਾਲੀ 15 ਮਈ ਤੱਕ ਬੰਦ ਰਹਿਣਗੀਆਂ ਤੇ ਜਿਹੜੀਆਂ ਜ਼ਰੂਰੀ ਦੁਕਾਨਾਂ ਖੁੱਲਣੀਆਂ ਨੇ ਉਹਨਾਂ ਦਾ ਬੇਰਵਾ ਵੀ ਮੈਂ ਜ਼ਰੂਰ ਦੇ ਦਿੰਨਾ ਹੈ ਜਿਹੜੀਆਂ ਦੁਕਾਨਾਂ ਖੁੱਲਣੀਆਂ ਨੇ ਵਿਸਥਾਰਪੂਰਵਕ ਉਹਨਾਂ ਬਾਰੇ ਜਾਣਕਾਰੀ ਦੇ ਦਿੰਨਾ ਹੈ ਡਿਪਟੀ ਕਮਿਸ਼ਨਰ ਆਪਣੀ ਤੇ ਅਰਿਆਤ ਹੂਰਾ ਮੁਤਾਬਕ ਦਵਾਈਆਂ ਦੁੱਧ ਸਬਜ਼ੀਆਂ ਅਤੇ ਫਲਾਂ ਦੀਆਂ ਦੁਕਾਨਾਂ ਜਿਹੜੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਨਿਰੰਤਰ ਖੁੱਲਣਗੀਆਂ ਸਮਾਂ ਉਹੀ ਰਹੇਗਾ ਜੋ ਪਹਿਲੇ ਵਾਲਾ ਸਮਾਂ ਹੈ ਇਸ ਤੋਂ ਇਲਾਵਾ ਡੈਰੀ ਪੋਲਟਰੀ ਪ੍ਰੋਡਕਟ ਮੀਟ ਅਤੇ ਮੋਬਾਈਲ ਰਿਪੇਅਰ ਦੀਆਂ ਦੁਕਾਨਾਂ ਜਿਹੜੀਆਂ ਜ਼ਿਲ੍ਹੇ ਦੇ ਵਿੱਚ ਖੁੱਲੀਆਂ ਰਹਿਣਗੀਆਂ ਇਸ ਤੋਂ ਇਲਾਵਾ ਜੋ ਵੀ ਗੈਰ ਜ਼ਰੂਰੀ ਦੁਕਾਨਾਂ ਨੇ ਉਹ ਮੁਕੰਮਲ ਤੌਰ ਤੇ ਆਉਣ ਵਾਲੀ 15 ਮਈ ਤੱਕ ਬੰਦ ਰਹਿਣਗੀਆਂ ਸਬੰਧਤ ਐਸ ਡੀ ਐਮਜ਼ ਅਤੇ ਡੀ ਐਸ ਪੀਜ਼ ਨੂੰ ਉਹਨਾਂ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਪੰਜਾਬ ਸਰਕਾਰ ਦੇ ਇਹਨਾਂ ਹੁਕਮਾਂ ਦੀ ਜਿਹੜੀ ਆ ਚੰਗੀ ਤਰ੍ਹਾਂ ਨਾਲ ਪਾਲਣਾ ਕਰਵਾਈ ਜਾਵੇ ਇਸ ਤੋਂ ਇਲਾਵਾ ਜੇਕਰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਈ ਬਾਹਰੀ ਜ਼ਿਲ੍ਹੇ ਤੋਂ ਜਾਂ ਬਾਹਰੀ ਸੂਬੇ ਤੋਂ ਆਏ ਵਿਅਕਤੀ ਵੱਲੋਂ ਐਂਟਰੀ ਕਰਨੀ ਹੈ ਤਾਂ ਉਸ ਕੋਲ ਆਪਣੀ 72 ਘੰਟਿਆਂ ਪੁਰਾਣੀ ਕੋਵਿਡ 네ਗੇਟਿਵ ਰਿਪੋਰਟ ਕੋਲ ਹੋਣੀ ਲਾਜ਼ਮੀ ਹੈ ਜਾਂ ਫਿਰ ਕੋਵਿਡ ਦੀ ਜਿਹੜੀ ਪਹਿਲੀ ਡੋਜ਼ ਹੈ ਵੈਕਸੀਨ ਦੀ ਉਹ ਲੱਗੀ ਹੋਣੀ ਜ਼ਰੂਰੀ ਹੈ ਉਸ ਤੋਂ ਬਿਨਾ ਜ਼ਿਲ੍ਹੇ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਨਹੀਂ ਮਿਲੇਗੀ ਸੋ ਜੇਕਰ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕਰੋਨਾ ਦੀ ਸਥਿਤੀ ਦੀ ਗੱਲ ਕਰੀਏ ਤਾਂ ਅੱਜ ਅਦਾਰਾ ਹੁਸ਼ਿਆਰਪੁਰ ਨਿਊਜ਼ ਦੀ ਟੀਮ ਵੱਲੋਂ ਸਿਵਲ ਸਰਜਨ ਡਾਕਟਰ ਰਣਜੀਤ ਸਿੰਘ ਉਹਨਾਂ ਨਾਲ ਗੱਲਬਾਤ ਕੀਤੀ ਗਈ ਸੀ ਉਹਨਾਂ ਵੱਲੋਂ ਕਿਹਾ ਗਿਆ ਕਿ ਜ਼ਿਲ੍ਹੇ ਦੇ ਵਿੱਚ ਆਕਸੀਜਨ ਦੀ ਕੋਈ ਵੀ ਕਮੀ ਨਹੀਂ ਹੈ ਸਿਹਤ ਵਿਭਾਗ ਵੱਲੋਂ ਵਧੀਆ ਪ੍ਰਬੰਧ ਕੀਤੇ ਗਏ ਨੇ ਕੋਵਿਡ ਦੇ ਮੱਦੇਨਜ਼ਰ ਤੇ ਜਲਦੀ ਹੀ ਸਿਹਤ ਵਿਭਾਗ ਕੇਂਦਰ ਅਤੇ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਇਸ ਮਹਾਮਾਰੀ ਤੇ ਜਿੱਤ ਹਾਸਲ ਕਰ ਲਵੇਗਾ ਜੇਕਰ ਅੱਜ ਦੇ ਮਾਮਲਿਆਂ ਦੀ ਗੱਲ ਕਰੀਏ ਤਾਂ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਕੋਰੋਨਾ ਦੇ 199 ਨਵੇਂ ਪੋਜ਼ਿਟਿਵ ਮਾਮਲੇ ਆਏ ਨੇ ਤੇ ਨੋ ਹੋਰ ਵਿਅਕਤੀਆਂ ਦੀ ਮੌਤ ਹੈ ਜਿਹੜੀ ਪਿਛਲੇ 24 ਘੰਟਿਆਂ ਦੌਰਾਨ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋ ਚੁੱਕੀ ਹੈ ਫਿਲਹਾਲ ਦੇ ਲਈ ਮੈਨੂੰ ਜਾਨੀ ਕਿ ਚੇਤਨ ਕਸ਼ਪ ਕੈਮਰਾ ਪਰਸਨ ਨਵਨੀਤ ਸਿੰਘ ਚੀਮਾ ਨੂੰ ਦਿਓ ਇਜਾਜ਼ਤ ਤਾਜ਼ਾ ਤਰੀਨ ਖਬਰਾਂ ਦੇ ਲਈ ਬਣੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ